ਪਰ ਜੇ ਅਸੀਂ ਸੋ ਇੱਥੇ ਕੀ ਲਿਖਿਆ ਆ ਆਤਮਾ ਦੀ ਅਗਵਾਈ ਤੋਂ ਚੱਲੀ ਏ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਤੋਂ ਅਰ ਪਰਮੇਸ਼ਵਰ ਦਾ ਆਤਮਾ ਕਿੱਥੇ ਆ ਇਹ ਵਚਨ ਇਹ ਪਰਮੇਸ਼ਵਰ ਦਾ ਆਤਮਾ ਦੀ ਬਾਣੀ ਆ ਇਹ ਸਾਡੀ ਅਗਵਾਈ ਕਰਦਾ ਆ ਇਹ ਸਾਨੂੰ ਦੱਸਦਾ ਆ ਕੀ ਖਾਓ ਕੀ ਨਾ ਖਾਓ ਕੀ ਬੋਲੋ ਕੀ ਨਾ ਬੋਲੋ ਕਿੱਥੇ ਜਾਓ ਕਿੱਥੇ ਨਾ ਜਾਓ ਕਿਹੜੇ ਕੰਮ ਕਰਨੇ ਆ ਕਿਹੜੇ ਕੰਮ ਛੱਡਣੇ ਆ ਤੋ वचन ਕਹਿੰਦਾ ਜੇ ਤੁਸੀਂ ਆਤਮਾ ਦੀ ਅਗਵਾਈ ਤੋਂ ਚੱਲਦੇ ਆ ਤਾਂ ਸ਼ਰਧ ਦੇ ਬਤੈਤ ਨਹੀਂ ਹੋ ਅਗਰ ਤੁਸੀਂ ਇਹ वचन ਕੋਈਦਰ ਬਾਈਬਲ ਦਾ ਜਿਹੜਾ ਤੁਹਾਡੇ ਇਸ ਵੇਲੇ ਹੱਥਾਂ ਦੇ ਵਿੱਚ ਆ ਜੇਕਰ ਤੁਸੀਂ ਇਸ वचन ਦੇ ਅਨੁਸਾਰ ਚੱਲੋਗੇ ਤਾਂ ਤੁਹਾਡੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੋਊਗਾ ਹੁਣ ਸਰੀਰ ਦੇ ਕੰਮ ਤਾਂ ਪ੍ਰਗਟ ਹਨ ਉਹ ਇਹ ਹਨ ਸਰੀਰ ਦੇ ਕੰਮ ਧਿਆਨ ਨਾਲ ਸੁਣਿਓ ਸਰੀਰ ਦੇ ਕੰਮ ਤਾਂ ਜ਼ਾਹਿਰ ਆ ਜਿਹੜੇ ਸਰੀਰਕ ਆ ਉਹ ਕੀ ਆ ਹਰਾਮਕਾਰੀ ਗੰਦਮੰਦ ਲੁੱਚਪੁਣਾ ਮੂਰਤੀ ਪੂਜਾ ਜਾਦੂਗਰੀ ਵੈਰ ਝਗੜੇ ਹਸਤ ਕ੍ਰੋਧ ਧੜੇ ਬਾਜ਼ੀਆਂ ਫੁੱਟਾ ਬਿੱਦਤਾ ਖਾਰ ਨਸ਼ੇ ਬਦਮਸਤੀਆਂ ਅਤੇ ਹੋਰ ਇਹੋ ਜਿਹੇ ਕੰਮ ਸੋ ਕਈਆਂ ਨੂੰ ਇਦਾਂ ਲੱਗਦਾ ਹੁੰਦਾ ਨਸ਼ਾ ਕੋਈ ਪਾਪ ਨਹੀਂ ਆ ਜੇ ਇੱਥੇ ਲਿਖਿਆ ਆ ਫਿਰ ਇਹ ਗਲਤੀ ਆ ਸੋ ਅਗਰ ਇਨਾਂ ਚੋਂ ਕੋਈ ਵੀ ਕੰਮ ਜਾਂ ਇਦਾਂ ਦਾ ਕੰਮ ਤੁਹਾਡੇ ਜੀਵਨ ਦੇ ਵਿੱਚ ਆ ਤਾਂ ਇਹਦਾ ਮਤਲਬ ਤੁਸੀਂ ਆਤਮਾ ਦੀ ਅਗਵਾਈ ਨਾਲ ਚੱਲ ਨਹੀਂ ਰਹੇ ਜਿਹੜਾ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਨਾਲ ਚੱਲਦਾ ਉਹ ਹਰਾਮ ਕਾਰੀਆਂ ਨਹੀਂ ਕਰਦਾ ਅਗਰ ਕੋਈ ਪਤਨੀ ਆਪਣੇ ਪਤੀ ਨੂੰ ਛੱਡ ਕੇ ਬਾਹਰ ਕਿਸੇ ਰਿਲੇਸ਼ਨਸ਼ਿਪ ਦੇ ਵਿੱਚ ਆ ਉਹ ਆਤਮਾ ਦੀ ਅਗਵਾਈ ਵਿੱਚ ਨਹੀਂ ਆ ਇਸੇ ਤਰ੍ਹਾਂ ਅਗਰ ਕੋਈ ਮਰਦ ਆਪਣੀ ਪਤਨੀ ਨੂੰ ਛੱਡ ਕੇ ਗਲਤ ਰਿਲੇਸ਼ਨਸ਼ਿਪ ਦੇ ਵਿੱਚ ਆ ਉਹ ਆਤਮਾ ਦੀ ਅਗਵਾਈ ਦੇ ਨਾਲ ਨਹੀਂ ਆ ਉਹ ਹਰਾਮਕਾਰੀ ਦੇ ਵਿੱਚ ਆ ਅਗਰ ਬੱਚੇ ਜਿਹੜੇ ਕੁਆਰੇ ਆ ਉਹ ਵਿਵਚਾਰ ਦੇ ਵਿੱਚ ਆ ਤਾਂ ਉਹ ਜਵਾਨ ਜਿਹੜੇ ਆ ਉਹ ਆਤਮਾ ਦੀ ਅਗਵਾਈ ਦੇ ਵਿੱਚ ਨਹੀਂ ਆ ਅਗਰ ਤੁਸੀਂ ਗੰਦਮੰਦ ਦੇ ਵੱਸ ਪਏ ਆ ਗੰਦੀਆਂ ਚੀਜ਼ਾਂ ਸੁਣਦੇ ਆ ਗੰਦੀਆਂ ਚੀਜ਼ਾਂ ਬੋਲਦੇ ਆ ਅਸ਼ੁੱਧ ਚੀਜ਼ਾਂ ਖਾਂਦੇ ਜਾਂ ਪੀਂਦੇ ਆ ਇਹਦਾ ਮਤਲਬ ਤੁਸੀਂ ਆਤਮਾ ਦੀ ਅਗਵਾਈ ਦੇ ਵਿੱਚ ਨਹੀਂ ਆ ਅਗਰ ਤੁਸੀਂ ਮੂਰਤੀ ਪੂਜਕ ਆ ਕਿਉਂਕਿ ਪਰਮੇਸ਼ਵਰ ਦੀ ਮਹਿਮਾ ਮੂਰਤੀਆਂ ਨੂੰ ਨਹੀਂ ਦਿੱਤੀ ਜਾ ਸਕਦੀ ਪਰਮੇਸ਼ਵਰ ਨੂੰ ਮੂਰਤੀਆਂ ਵਿੱਚ ਬੰਨਿਆ ਨਹੀਂ ਜਾ ਸਕਦਾ ਪਰਮੇਸ਼ਵਰ ਨੂੰ ਕਿਸੇ ਇੱਕ ਆਕਾਰ ਵਿੱਚ ਢਾਲਿਆ ਨਹੀਂ ਜਾ ਸਕਦਾ ਉਹ ਨਿਰ ਆਕਾਰ ਆ ਅਗਰ ਮਸੀਹ ਜੀ ਦਾ ਹੀ ਸਟੈਚੂ ਕਿਉਂ ਨਾ ਬਣਾਇਆ ਹੋਵੇ ਉਹ ਗਲਤ ਆ ਭਾਵੇਂ ਮਾਤਾ ਮਰੀਮ ਜੀ ਦਾ ਸਟੈਚੂ ਕਿਉਂ ਨਾ ਹੋਏ ਉਹ ਗਲਤ ਆ ਅਸੀਂ ਉਹਨਾਂ ਦੇ ਕਰੈਕਟਰ ਨੂੰ ਆਪਣੇ ਜੀਵਨ ਦੇ ਅੰਦਰ ਲੈਣਾ ਹੈ ਬਹੁਤ ਸਾਰੇ ਲੋਕਾਂ ਉਹਨਾਂ ਨੇ ਕੰਧਾਂ ਉੱਤੇ ਤਾਂ ਉਹਨਾਂ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਆ ਮਾਤਾ ਮਰੀਮ ਦੀ ਤਸਵੀਰ ਲਗਾਈ ਹੋਈ ਮਾਤਾ ਮਰੀਮ ਗਰਤ ਨਹੀਂ ਆ ਉਹ ਤਾਂ ਇੱਡੀ ਪਵਿੱਤਰ ਕੁਆਰੀ ਹੋਈ ਜਦੇ ਉੱਤੇ ਪ੍ਰਭੂ ਮਿਹਰਮਾਨ ਹੋਏ ਕਿ ਉਹਨੇ ਆਪਣੇ ਆਪ ਨੂੰ ਹੀ ਉਹਦੀ ਕੋਖ ਦੇ ਅੰਦਰ ਪਾ ਦਿੱਤਾ ਆਪਣੇ ਸ਼ਬਦ ਨੂੰ ਕਿਉਂਕਿ ਸ਼ਬਦ ਹੀ ਪਰਮੇਸ਼ਵਰ ਇੰਨੀਆਂ ਕੁਆਰੀਆਂ ਚੋਂ ਪਵਿੱਤਰ ਮਰੀਮ ਨੂੰ ਚੁਣਿਆ ਗਿਆ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦੇ ਲਈ ਮਾਤਾ ਮਰੀਮ ਗਲਤ ਨਹੀਂ ਪਰ ਅਸੀਂ ਮਾਤਾ ਮਰੀਮ ਦੇ ਕੈਰੇਕਟਰ ਨੂੰ ਫੋਲੋ ਨਹੀਂ ਕੀਤਾ ਕਿ ਕਿੰਨੀ ਕੋ ਉਹ ਪਵਿੱਤਰਤਾਈ ਵਿੱਚ ਹੋਊਗੀ ਕਿੰਨੀ ਇੱਕ ਪਰਮੇਸ਼ਵਰ ਦੀ ਰਹਿਮਤ ਉਹਦੇ ਉੱਤੇ ਹੋਊਗੀ ਕਿ ਹਜ਼ਾਰਾਂ ਕਰੋੜਾਂ ਕੁਆਰੀਆਂ ਨੂੰ ਛੱਡ ਕੇ ਪਰਮੇਸ਼ਵਰ ਨੇ ਕਿਹਾ ਕਿ ਮਰੀਮ ਚੁਣੀ ਜਾਏਗੀ ਇਸ ਕੰਮ ਦੇ ਲਈ ਕਿ ਅਸੀਂ ਵੀ ਉਹਦੀ ਹੋਲੀਨੈਸ ਨੂੰ ਫਾਲੋ ਕਰੀਏ ਅਸੀਂ ਉਹਦੀ ਰਿਲੇਸ਼ਨਸ਼ਿਪ ਜਿਹੜੀ ਪਰਮੇਸ਼ਵਰ ਦੇ ਨਾਲ ਸੀ ਅਸੀਂ ਉਸੇ ਰਿਲੇਸ਼ਨਸ਼ਿਪ ਨੂੰ ਫਾਲੋ ਕਰੀਏ ਅਸੀਂ ਫੋਟਾਂ ਤਾਂ ਲਾ ਲੀਆਂ ਉਹਦੀਆਂ ਪਰ ਉਹਦੇ ਕੈਰੈਕਟਰ ਨੂੰ ਫਾਲੋ ਨਹੀਂ ਕੀਤਾ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਜੀ ਦੀਆਂ ਫੋਟੋ ਤਾਂ ਲਾ ਲੀਆਂ ਗਲ ਵਿੱਚ ਪ੍ਰਭੂ ਯਿਸੂ ਮਸੀਹ ਦੀਆਂ ਫੋਟੋ ਤਾਂ ਪਾ ਲੀਆਂ ਪਰ ਥਾਂ ਥਾਂ ਤੇ ਲੜਾਈਆਂ ਕਰ ਰਹੇ ਆ ਝਗੜੇ ਕਰ ਰਹੇ ਆ ਕੀ ਫਾਇਦਾ ਉਹਨਾਂ ਫੋਟਾਂ ਦਾ ਜੇ ਤੁਸੀਂ ਉਸ ਕੈਰੈਕਟਰ ਨੂੰ ਫਾਲੋ ਨਹੀਂ ਕਰ ਰਹੇ ਬਹੁ ਨੇ ਪਹਿਲਾ ਹੀ ਹੁਕਮ ਦਾ ਸਭ ਤੋਂ ਵੱਡਾ ਹੁਕਮ ਕੀ ਦਿੱਤਾ ਪ੍ਰੇਮ ਪਿਆਰ ਕਰਨਾ ਤਾਂ ਅਗਰ ਅਸੀਂ ਮੂਰਤੀ ਪੂਜਕ ਆ ਤਾਂ ਵੀ ਅਸੀਂ ਆਤਮਾ ਦੀ ਅਗਵਾਈ ਦੇ ਵਿੱਚ ਨਹੀਂ ਆ ਢੜੇ ਬਾਜ ਨਾ ਬਣਾ ਲਿਆ ਕਿ ਆਹ ਫਲਾਣੇ ਗਰੁੱਪ ਦਾ ਆ ਅਸੀਂ ਫਲਾਣੇ ਗਰੁੱਪ ਦੇ ਆ ਬਹੁਤ ਸਾਰੇ ਲੋਕਾਂ ਨੇ ਧਾਰਮਿਕ ਧਾਇਰਿਆਂ ਦੇ ਅੰਦਰ ਵੀ ਢੜੇ ਬਾਜ਼ੀਆਂ ਬਣਾਈਆਂ ਆ ਇਹਦਾ ਮਤਲਬ ਉਹ ਆਤਮਾ ਦੀ ਅਗਵਾਈ ਵਿੱਚ ਨਹੀਂ ਆ ਕਿਉਂਕਿ ਪਰਮੇਸ਼ਵਰ ਦਾ ਆਤਮਾ ਢੜੇ ਬਾਜ਼ੀਆਂ ਤੋਂ ਖੁਸ਼ ਨਹੀਂ ਆ ਅਗਰ ਤੁਹਾਨੂੰ ਗੱਲ-ਗੱਲ ਤੇ ਕ੍ਰੋਧ ਆਉਂਦਾ ਆ ਤੁਸੀਂ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਦੇ ਵਿੱਚ ਨਹੀਂ ਆ ਅਗਰ ਤੁਹਾਡੇ ਮਨ ਦੇ ਅੰਦਰ ਕਿਸੇ ਲਈ ਖਾਰ ਆ ਜੈਲਸ ਆ ਇਹਦਾ ਮਤਲਬ ਤੁਸੀਂ ਆਤਮਾ ਦੀ ਅਗਵਾਈ ਦੇ ਵਿੱਚ ਨਹੀਂ ਆ ਸੋ ਕੀ ਕਹਿੰਦਾ ਇਨ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ ਜਿਵੇਂ ਮੈਂ ਅੱਗੇ ਆਖਿਆ ਸੀ ਭਈ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ ਅਗਰ ਇਹਨਾਂ ਵਿੱਚੋਂ ਇੱਕ ਵੀ ਚੀਜ਼ ਕਿਸੇ ਇਨਸਾਨ ਦੇ ਜੀਵਨ ਵਿੱਚ ਆ ਉਹ ਪਰਮੇਸ਼ਵਰ ਦੇ ਰਾਜ ਦਾ ਅਧਿਕਾਰੀ ਨਹੀਂ ਹੋ ਸਕੇਗਾ ਇਹ ਨਾ ਹੋਏ ਕਿ ਆਪਾਂ ਇੱਥੇ ਕੁਰਸੀਆਂ ਸੇਕ ਕੇ ਹੀ ਚਲੇ ਜੀਏ ਤੇ ਆ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਚੱਕੀ ਫਰੀਏ ਅਗਰ ਇਹ ਚੀਜ਼ਾਂ ਸਾਡੇ ਜੀਵਨ ਵਿੱਚ ਆ ਜਾਦੂਗਰੀਆਂ ਕਰਦੇ ਚਰਚ ਵਿੱਚ ਵੀ ਆ ਰਹੇ ਆ ਟੂਨੇ ਪਾਣ ਦੇ ਵੀ ਕਰੀ ਜਾ ਰਹੇ ਆ ਜਾਦੂਗਰੀਆਂ ਕਰੀ ਜਾ ਰਹੇ ਆ ਜਾਂ ਹੋਰ ਜੋ ਕੁਝ ਵੀ ਇੱਥੇ ਲਿਖਿਆ ਆ ਫਟ ਪਾਉਣਾ ਖਰਾਬ ਵਿਉਂਤਾਂ ਬਣਾਉਣਾ ਕਿਆਸੀ ਸਤਸੰਗ ਵਿੱਚ ਵੀ ਆ ਰਹੇ ਔਰ ਇਹ ਸਾਰੇ ਕੰਮਾਂ ਚ ਕੋਈ ਇੱਕ ਇੱਕ ਦੋ ਦੋ ਕੰਮ ਵੀ ਚੱਕੀ ਫਿਰਦੇ ਆ ਵਿਅਰਥ ਹੋ ਗਿਆ ਜਦੋਂ ਅਸੀਂ ਸਤਸੰਗ ਵਿੱਚ ਆਉਣਾ ਤੇ ਸਤਸੰਗੀ ਕਿਹੋ ਜਿਹੇ ਹੋਣੇ ਚਾਹੀਦੇ ਆ ਸਤਸੰਗ ਦਾ ਮਤਲਬ ਹੁੰਦਾ ਸੱਚ ਦੀ ਸੰਗਤ ਕਰਨਾ ਸਤਸੰਗੀ ਦਾ ਮਤਲਬ ਹੁੰਦਾ ਜਿਹੜਾ ਸੱਚ ਦੀ ਸੰਗਤ ਵਿੱਚ ਰਹਿੰਦਾ ਆ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਰਾ ਸਚਾਈ ਤੇ ਜੀਵਨ

ਉਹ ਪਹਿਲੀਆਂ ਚੀਜ਼ਾਂ ਜਿਹੜੀਆਂ ਬੋਲੀਆਂ ਗਈਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਸਾਡੇ ਅੰਦਰ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਇੱਕ ਇੱਕ ਨਹੀਂ ਸਾਰੀਆਂ ਹੀ ਹੋਣੀਆਂ ਚਾਹੀਦੀਆਂ ਹallelujah ਸੋ ਜੇ ਅਸੀਂ ਆਤਮਾ ਦੀ ਅਦਵਾਈ ਨਾਲ ਚੱਲਦੇ ਆਂ ਅਸੀਂ ਪ੍ਰੇਮ ਨਾਲ ਭਰੇ ਹੋਏ ਹੋਣੇ ਚਾਹੀਦੇ ਆ ਮੈਟਰ ਨਹੀਂ ਕਰਦਾ ਕਿ ਸਾਡੇ ਸਾਹਮਣੇ ਕਿਹੜੀ ਜਾਤ ਦਾ ਆ ਕਿਹੜੇ ਮਜ਼ਬਦ ਦਾ ਕਿਹੜੇ ਦੇਸ਼ ਦਾ ਜੇ ਉਹਨੂੰ ਮਦਦ ਦੀ ਲੋੜ ਆ ਅਸੀਂ ਹਾਜ਼ਰ ਆ ਸਾਡਾ ਧਰਮ 크ਰਿਸਚੀਅਨਿਟੀ ਨਹੀਂ ਆ ਸਾਡਾ ਧਰਮ ਉਹਦੀ ਮਦਦ ਕਰਨਾ ਆ ਸਮਝ ਰਹੇ ਹੋ ਧਰਮ ਅਸਲ ਵਿੱਚ ਹੁੰਦਾ ਕੀ ਆ ਆ ਜਿਹੜੇ ਇੱਥੇ ਲਿਖੇ ਹੋਏ ਨਾ ਆਤਮਾ ਦੇ ਫਲ ਇਹੀ ਧਰਮ ਆ ਜੇ ਕੋਈ ਰੋ ਰਿਹਾ ਆ ਸਾਡਾ ਧਰਮ ਉਹ ਤੇ 크ਿਸਚੀਅਨਿਟੀ ਨਹੀਂ ਹੋਣਾ ਚਾਹੀਦਾ ਕਿ ਇਹ ਤਾਂ ਫਲਾਨਾ ਰੋ ਰਿਹਾ ਆ ਸਾਡਾ ਧਰਮ ਉਹਨੂੰ ਦਿਲਾਸਾ ਦੇਣਾ ਆ ਤਾਂ ਸਾਡਾ ਧਰਮ ਕੀ ਆ ਦਿਲਾਸਾ ਦੇਣਾ ਸਾਡਾ ਧਰਮ ਆ ਸ਼ਾਂਤੀ ਸਾਡਾ ਧਰਮ ਆ ਪ੍ਰੇਮ ਸਾਡਾ ਧਰਮ ਆ ਆਨੰਦ ਸੋ ਇਹ ਸਾਡਾ ਧਰਮ ਆ ਉਹ ਜਿਹੜੇ ਨਾਮ ਦੇ ਧਰਮ ਹਨ ਕਿਸੇ ਇੱਕ ਚੀਜ਼ ਨੂੰ ਬਣਾ ਦਿੱਤਾ ਉਹ ਮਨੁੱਖਾਂ ਦੀ ਉਪਜਾ ਪਰਮੇਸ਼ਵਰ ਦੀ ਉਪਜ ਨਹੀਂ ਆ ਪਰਮੇਸ਼ਵਰ ਦਾ ਧਰਮ ਆ ਪ੍ਰੇਮ ਆ ਆਨੰਦ ਸ਼ਾਂਤੀ ਧੀਰਜ ਦਿਆਲਗੀ ਭਲਾਈ ਵਫਾਦਾਰੀ ਨਰਮਾਈ ਸੰਜਮ ਇਹ ਹੀ ਮੇਰਾ ਧਰਮ ਆ ਇਹ ਹੀ ਮੇਰੇ ਪਰਮੇਸ਼ਵਰ ਦਾ ਧਰਮ ਆ ਇਸੇ ਧਰਮ ਨੂੰ ਅਪਣਾਓ ਕਿਉਂਕਿ ਇਹ ਆਤਮਾ ਦਾ ਧਰਮ ਆ ਹallelujah ਅਗਰ ਇਹ ਸਾਡੇ ਵਿੱਚ ਹੋਏਗਾ ਤਦ ਅਸੀਂ ਆਤਮਾ ਦੀ ਅਗਵਾਈ ਨਾਲ ਜੀਵਾਂਗੇ ਇਹ ਹੁੰਦਾ ਆਤਮਾ ਦੇ ਵਿੱਚ ਜੀਣਾ ਲੜਾਈ ਝਗੜੇ ਕਰਨਾ ਆਤਮਾ ਵਿੱਚ ਜੀਣਾ ਨਹੀਂ ਹੈ ਪ੍ਰੇਮ ਦੇ ਨਾਲ ਭਰੇ ਰਹਿਣਾ ਸ਼ਾਂਤੀ ਦੇ ਨਾਲ ਭਰੇ ਰਹਿਣਾ ਪਰਮੇਸ਼ਵਰ ਦੇ ਨਾਲ ਜੁੜੇ ਰਹਿਣਾ ਇਹ ਆਤਮਾ ਦੇ ਵਿੱਚ ਜੀਣਾ ਆ ਪਰ ਵਚਨ ਚ ਲਿਖਿਆ ਇਹੋ ਜਈਆਂ ਗੱਲਾਂ ਦੇ ਵਿਰੁੱਧ ਕੋਈ ਸ਼ਰਾ ਨਹੀਂ ਆ ਜਿਨ੍ਹਾਂ ਦੇ ਅੰਦਰ ਇਹ ਫਲ ਆ ਗਏ ਉਹਨਾਂ ਦੇ ਜੀਵਨ ਦੇ ਵਿਰੁੱਧ ਉਹਨਾਂ ਦੇ ਵਿਰੋਧ ਕੋਈ ਵੀ ਲਾ ਨਹੀਂ ਹੈ ਕਿ ਉਹਨਾਂ ਦੇ ਉੱਤੇ ਕੋਈ ਸਜ਼ਾ ਆ ਸਕੇ ਹallelujah ਸੋ ਮੈਂ ਯਕੀਨ ਕਰਦੀ ਹਾਂ ਕਿ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਚ ਆਤਮਾ ਦੇ ਫਲਾਂ ਨੂੰ ਪਾਓਗੇ ਔਰ ਤੁਸੀਂ ਆਤਮਾ ਦੀ ਅਗਵਾਈ ਨਾਲ ਜਿਓਗੇ ਔਰ ਤੁਹਾਡੇ ਜੀਵਨ ਦੇ ਵਿਰੁੱਧ ਕੋਈ ਵੀ ਸ਼ਰਾ ਨਹੀਂ ਹੋਏਗੀ ਪਰ ਤੁਸੀਂ ਪਰਮੇਸ਼ਵਰ ਦੇ ਅਨੁਗ੍ਰਹਿ ਤੇ ਕਿਰਪਾ ਤੋਂ ਬਚਾਏ ਜਾਓਗੇ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਦਿੱਕਰ ਪਰਮੇਸ਼ਵਰ ਦੇ ਚੌਣ ਵਾਲਿਆਂ ਦੇ ਨਾਲ ਬੜੀ ਰਹੇ ਆਮੇਨ